ਤਾਂ ਦੱਸ ਦਿਓ ਕਿ 2 ਸਾਲ ਦੀ ਬੱਚੀ ਦੇ ਪਿੱਛੇ 2 ਟੱਬਰਾਂ ਦੇ ਵਿੱਚ ਵੱਡੀ ਝੜਪ ਹੋਈ ਹੈ, ਜਿੱਥੇ ਬੱਚੀ ਦੇ ਵੱਲੋਂ ਗਵਾਂਢੀਆਂ ਦੇ ਮੁੰਡੇ ਨੂੰ ਹੱਥ ਦਿਖਾਇਆ ਗਿਆ, ਜਿਸ ਤੋਂ ਬਾਅਦ ਉਸ ਜਵਾਕ ਦੇ ਪਰਿਵਾਰ ਦੇ ਵੱਲੋਂ ਇਸ ਬੱਚੀ ਨੂੰ ਗਾਲਾਂ ਕੱਢੀਆਂ ਗਈਆਂ। ਤਾਂ ਬੱਚੀ ਦੇ ਪਰਿਵਾਰ ਦੇ ਵੱਲੋਂ ਇਹ ਦੂਸਰੇ ਧਿਰ 'ਤੇ ਇਲਜ਼ਾਮ ਲਗਾਏ ਗਏ ਨੇ, ਜਿਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿੱਚ ਵੱਡੀ ਝੜਪ ਹੋ ਜਾਂਦੀ ਹੈ ਅਤੇ ਇੱਕ ਦੂਸਰੇ 'ਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ, ਜਿਸ ਦੇ ਵਿੱਚ ਕਈ ਮਹਿਲਾਵਾਂ ਵੀ ਜ਼ਖਮੀ ਹੋਈਆਂ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜ਼ਖਮੀ ਹੋ ਗਈਆਂ ਨੇ। ਤਾਂ ਦੱਸ ਦਈਏ ਕਿ 2 ਧਿਰਾਂ ਦੇ ਵਿੱਚ ਇਹ ਵੱਡੀ ਝੜਪ ਹੋਈ ਹੈ, ਜਿੱਥੇ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ, ਜਿੱਥੇ ਕਿ 2 ਸਾਲ ਦੀ ਬੱਚੀ ਦੇ ਪਿੱਛੇ ਦੋਨਾਂ ਪਰਿਵਾਰਾਂ ਦੇ ਵਿੱਚ ਵੱਡੀ ਝੜਪ ਹੋਈ ਹੈ। ਤਾਂ ਇਸ ਸੰਬੰਧੀ ਇੱਕ ਧਿਰ ਦੇ ਵਿੱਚ ਜ਼ਖਮੀ ਮਹਿਲਾ ਨੇ ਦੱਸਿਆ ਕਿ 2 ਸਾਲ ਦੀ ਬੱਚੀ ਜੋ ਕਿ ਗਲੀ ਦੇ ਵਿੱਚ ਖੇਡ ਰਹੀ ਸੀ, ਤਾਂ ਉਹਨਾਂ ਦੇ ਕੋਲੋਂ ਇਹ ਗਵਾਂਢੀ ਲੰਘ ਰਹੇ ਸੀ ਅਤੇ ਇਹਨਾਂ ਦੇ ਨਾਲ ਜਾਂਦੇ ਬੱਚੇ ਨੂੰ ਇਹਨਾਂ ਦੀ 2 ਸਾਲ ਦੀ ਬੱਚੀ ਦੇ ਵੱਲੋਂ ਹੱਥ ਦਿਖਾ ਦਿੱਤਾ ਗਿਆ, ਜਿਸ ਤੋਂ ਬਾਅਦ ਗਵਾਂਢੀਆਂ ਦੇ ਵੱਲੋਂ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ। ਤਾਂ ਜਦ ਉਹਨਾਂ ਦੀ ਵੱਡੀ ਕੁੜੀ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਉਹਨਾਂ ਨੇ ਫਿਰ ਇਹਨਾਂ ਦੀ ਵੱਡੀ ਕੁੜੀ ਨੂੰ ਵੀ ਗਾਲਾਂ ਕੱਢੀਆਂ, ਜਿਸ ਤੋਂ ਬਾਅਦ ਇਹਨਾਂ ਨੇ ਜਦ ਘਰ ਆ ਕੇ ਦੱਸਿਆ ਤਾਂ ਉਹ ਫਿਰ ਇਹਨਾਂ ਕੁੜੀਆਂ ਨੂੰ ਲੈ ਕੇ ਥਾਣੇ ਚਲੇ ਜਾਂਦੇ ਨੇ ਅਤੇ ਪੁਲਿਸ ਕੋਲ ਇਸ ਸੰਬੰਧੀ ਸ਼ਿਕਾਇਤ ਕਰਦੇ ਨੇ। ਤਾਂ ਇਸ ਸੰਬੰਧੀ ਉਹਨਾਂ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਜਾਓ, ਕੋਈ ਗੱਲ ਨਹੀਂ, ਅਸੀਂ ਵੇਖ ਲਵਾਂਗੇ। ਤਾਂ ਇਹਨਾਂ ਦੱਸਿਆ ਕਿ ਜਦ ਅਸੀਂ ਥਾਣੇ ਤੋਂ ਬਾਹਰ ਆਏ ਤਾਂ ਗਵਾਂਢੀਆਂ ਦੇ ਵੱਲੋਂ ਰਸਤੇ ਦੇ ਵਿੱਚ ਇਹਨਾਂ ਨੂੰ ਘੇਰ ਲਿਆ ਗਿਆ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਇਹਨਾਂ ਦੀ ਕੁੜੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਇਹਨਾਂ ਦੇ ਵੀ ਸਿਰ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇਸ ਮਹਿਲਾ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਂਦਾ ਗਿਆ। ਤਾਂ ਹੁਣ ਉਹਨਾਂ ਦੇ ਵੱਲੋਂ ਦੂਸਰੇ ਧਿਰ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਸੀ, ਜਿਸ ਦੇ ਅਧੀਨ ਉਹਨਾਂ ਦੇ ਵੱਲੋਂ ਔਰਤ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਸ ਦੀ ਕਿ ਰਿਪੋਰਟ ਆਣੀ ਹਲੇ ਬਾਕੀ ਹੈ ਅਤੇ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਝਗੜਾ ਹੋਇਆ ਦੀ ਕੀ ਕਾਰਨ ਕੀ ਹੈ ਸਰ? ਬੱਚੀ ਦੇ ਕਾਰਨ ਹੋਇਆ, ਛੋਟੀ ਜਿਹੀ ਬੱਚੀ ਸੀਗੀ ਅਤੇ ਉਹ ਸਰ ਖੇਡਦੀ ਸੀ ਬਾਹਰ ਦੀ ਲੰਘਣ ਦੇ ਸੀਗੇ, ਇਹਨਾਂ ਦੇ ਨਾਲ ਵੀ ਉਹਨਾਂ ਦਾ ਬੇਟਾ ਛੋਟਾ ਜਿਹਾ ਹੈਗਾ ਜੀ, ਉਹ ਬੱਚੀ ਨੇ ਰੇਟ ਫੜ ਕੇ ਅਤੇ ਉਹਨੇ ਮਾੜਾ ਜਿਹਾ 2 ਸਾਲਾਂ ਦੀ ਬੱਚੀ ਹੈ ਜੀ ਉਹ, ਅਤੇ ਐਂ ਮਾੜਾ ਜਿਹਾ ਕੀਤਾ ਸੀ ਉਹਨਾਂ ਨੇ, ਅਧੇ ਬੂ ਨੇ ਬੜੀ ਗੱਦੀ ਉਹਨੂੰ ਬੱਚੀ ਨੂੰ ਗਾਲ ਕੱਢੀ ਆ, ਅਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ, ਅਤੇ ਕੁੜੀ ਕਹਿੰਦੀ ਵੀ ਅੰਕਲ ਇੱਦਾਂ ਗਾਲ ਕੱਢੀ ਜੇ ਤੁਸੀਂ, ਉਹ ਤਾਂ ਛੋਟੀ ਜਿਹੀ ਬੱਚੀ ਜੇ ਤੁਸੀਂ ਛਾਣੇ ਜੇ, ਉਹ ਫਿਰ ਉਹਦੇ ਵੀ ਗੱਲ ਪੈ ਗਿਆ ਜੀ, ਮੁੜ ਕੇ ਫਿਰ ਉਹ ਹੱਥੀ ਪੈਣ ਲੱਗਿਆ ਅਤੇ ਦਵਾ ਦਵਾ ਆਪਣੇ ਪਿਓ ਨੇ ਇਹਨਾਂ ਨੇ ਅੰਦਰ ਵੜ ਲਿਆ, ਬੂਆ ਢੋ ਲਿਆ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਅਸੀਂ ਥਾਣੇ ਚਲੇ ਗਏ ਸੀ, ਇਹ ਸਾਡੇ ਮਗਰੇ ਹੀ ਆ ਗਈਆਂ, ਕੁੜੀਆਂ ਲੈ ਕੇ ਆ ਗਏ ਆ, ਅਤੇ ਜੀ ਕੁੜੀਆਂ ਲੈ ਕੇ ਥਾਣੇ ਆ ਗਏ। ਉਸ ਤੋਂ ਬਾਅਦ ਇਹ ਰੌਲਾ ਪਾਉਣ ਲੱਗੀ, ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਅਤੇ ਮੇਰਾ ਕੀ ਕਰ ਲੈਣਗੇ, ਅਤੇ ਮੇਰੀ ਕੰਪਲੇਂਟ ਪਹਿਲਾਂ ਲਿਖੋ। ਉਹਨਾਂ ਨੇ ਸਰ ਫਿਰ ਕੰਪਲੇਂਟ ਉਹਨਾਂ ਦੀ ਪਹਿਲਾਂ ਲਿਖੀ ਆ, ਬਾਅਦ 'ਚ ਸਾਡੀ ਵੀ ਕੰਪਲੇਂਟ ਲਿਖੀ, ਸਾਨੂੰ ਕਹਿੰਦੇ ਵੀ ਤੁਸੀਂ ਜਾਓ, ਅਸੀਂ ਆਪੇ ਸਮਝਾ ਦਾਂਗੇ, ਸਾਡੇ ਨਾਲ ਸਾਡੇ ਨਾਲ ਚਲੋ, ਸਾਨੂੰ ਮਾਲੀ ਜਾਨੀ ਦਾ ਨੁਕਸਾਨ ਹੋ ਸਕਦਾ। ਹਾਂਜੀ, ਬਹੁਤ ਕਿਹਾ ਜੀ, ਉਹ ਕਹਿੰਦੇ ਜਾਓ, ਅਸੀਂ ਆਪੇ ਸਮਝਾ ਦਾਂਗੇ, ਇੱਕ ਵਾਰੀ ਤੁਹਾਨੂੰ ਕਿਹਾ ਜੀ ਤੁਸੀਂ ਜਾਓ, ਅਤੇ ਅਸੀਂ ਸਰ ਉਹਨਾਂ ਦੇ ਕਹਿਣ ਤੋਂ ਆ ਗਏ ਜੀ। ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਸੀ ਕਿ ਇਹ ਰਾਹ ਦੇ ਉੱਤੇ ਰੋਡ 'ਤੇ ਹੀ ਖਲੋਤੇ ਨੇ, ਸਾਨੂੰ ਹਜੇ ਅਸੀਂ ਕਿੰਨੇ ਜਾਣੇ ਸੀ, ਇਹ 8-7 ਜਣੇ ਸੀ ਸਰ, ਅਤੇ 8-7 ਜਣੇ ਸੀ ਉੱਥੇ, ਮੈਂ ਹਜੇ ਗੱਡੀ 'ਚ ਉਤਰ ਨਹੀਂ ਲੱਗੀ ਹੈ ਸਰ, ਉਹਨਾਂ ਨੇ ਦਵਾ ਦਵ ਪਹਿਲਾਂ ਹੀ ਸਾਡੇ 'ਤੇ ਹਮਲਾ ਕੀਤਾ, ਬੜਾ ਹੀ ਸਾਨੂੰ ਮਾਰਿਆ ਵਾ, ਬਹੁਤ ਹੀ ਜ਼ਿਆਦਾ, ਦੋਵਾਂ ਜਣੀਆਂ ਨੂੰ ਉਹਨਾਂ ਕੋਲ ਹਥਿਆਰ ਵੀ ਸੀ। ਹਾਂਜੀ, ਹੋਇਆ ਹਥਿਆਰ ਹੈਗੇ, ਤਾਂ ਹੀ ਮੇਰਾ ਸਿਰ ਸੁਰ ਪਾਟਿਆ ਵਾ, ਕੁਝ ਮਾਰਿਆ ਮੈਨੂੰ, ਮੁੜ ਕੇ ਸਾਡੇ 'ਤੇ ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਕੀ ਸਾਨੂੰ ਕਰਨ ਦੇ, ਮੇਰੇ ਲੋਹ ਬੜਾ ਵਗਣ ਲੱਗ ਗਿਆ, ਮੇਰੀ ਕੁੜੀ ਦੇ ਗੋਡੇ ਸੱਟਾਂ ਲੱਗੀਆਂ ਨੇ, ਪੇਟ 'ਤੇ ਲੱਗੀਆਂ ਨੇ, ਅਤੇ ਸਰ ਬਚਾਉਣ ਵਾਸਤੇ ਕੁੜੀ ਆਈ ਸੀ? ਹਾਂਜੀ, ਬਚਾਉਣ ਵਾਸਤੇ ਕੁੜੀ ਆਈ, ਉਹਦੇ ਨਾਲ ਹੀ, ਹਾਂਜੀ ਉਹ ਬਚਾਉਣ ਵਾਸਤੇ ਆਈ, ਉਹਨੂੰ ਵੀ ਫੜ ਲਿਆ ਉਹਨਾਂ ਨੇ, ਅਤੇ ਉਹਨੂੰ ਵੀ ਮੁੰਡਿਆ,
ਵੀ ਸਾਰੀਆਂ ਨੂੰ ਇਹਨਾਂ ਨੂੰ ਕੁੱਟ ਛੱਡਿਆ। ਮੁੜ ਕੇ ਸਰ ਅਸੀਂ ਸਾਡੇ ਲੱਗਣ ਤੋਂ ਬਾਅਦ ਵੀ ਥਾਣੇ ਗਏ ਜੀ, ਜਦੋਂ ਥਾਣੇ ਗਏ ਇਹਨਾਂ ਨੇ ਸਾਡੇ ਮਗਰ ਦਫ਼ਤਰ ਲੈ ਕੇ ਅਤੇ ਸਾਡਾ ਬੈਗ ਗੱਡੀ, ਹਾਂ ਗੱਡੀ ਲਾਈ ਸਾਡੇ ਮਗਰ। ਉੱਥੋਂ ਥਾਣੇ ਜਦੋਂ ਅਸੀਂ ਥਾਣੇ 'ਤੇ ਵੜ ਗਏ, ਇਹਨਾਂ ਨੇ ਫਿਰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਬਾਹਰ ਨਿਕਲ ਜਾਓ, ਤੁਸੀਂ ਨਾ ਸੁਣਦੇ ਹੋ ਨਾ ਸੁਣ ਦਿੰਦੇ ਹੋ, ਅਤੇ ਤੁਸੀਂ ਜਲਦੀ ਰਾਤ ਆ ਜਾਂਦੇ। ਹਾਂਜੀ ਪੁਲਿਸ ਵਾਲੇ ਕਹਿੰਦੇ ਸੀ ਵੀ ਤੁਸੀਂ ਅੱਧੀ ਰਾਤ ਆ ਜਾਂਦੇ ਜੇ, ਪਹਿਲਾਂ ਮਤਲਬ ਲੜਾਈਆਂ ਕਰਦੇ ਫਿਰ ਤੁਸੀਂ ਸਾਨੂੰ ਵੀ ਨਹੀਂ ਸੌਣ ਦਿੰਦੇ ਜੇ, ਅਤੇ ਬਾਹਰ ਨਿਕਲੋ ਇੱਥੋਂ, ਇੱਦਾਂ ਉਹ ਪੁਲਿਸ ਵਾਲੇ ਕਹਿ ਰਹੇ ਸੀਗੇ। ਅਸੀਂ ਮੈਂ ਰੋਣ ਦੀ ਹਾਂ, ਅਤੇ ਮੁੜ ਕੇ ਸਰ ਮੈਂ ਬੜਾ ਰੋਈ ਕਿ ਮੇਰੇ ਹੁਣ ਇੰਨੀਆਂ ਸੱਟਾਂ ਲਿਖੀਆਂ ਲੱਗੀਆਂ ਜੇ, ਅਤੇ ਮੈਂ ਕਿਹਾ ਸਾਡੀ ਸੁਣਵਾਈ ਨਹੀਂ ਕਰਦੇ। ਉਹ ਕਹਿੰਦੇ ਵੀ ਅਸੀਂ ਆਪੇ ਪੁਲਿਸ ਵਾਲੇ ਭੇਜਦੇ ਹਾਂ। ਅਤੇ ਸਾਡਾ ਕੱਟ ਕੇ ਦਿੱਤਾ ਸੀਗਾ ਤੁਹਾਨੂੰ? ਹਾਂਜੀ, ਜਦੋਂ ਮੈਡੀਕਲ ਕਰਾਉਣ ਵਾਸਤੇ ਦੇ ਦਿੱਤਾ, ਫਿਰ ਮੈਡੀਕਲ ਕਰਾਉਣ ਵਾਸਤੇ ਅਸੀਂ ਆਖਿਆ ਵੀ ਸਾਡੇ ਨਾਲ ਚੱਲੋ, ਅਤੇ ਅਸੀਂ ਇਕੱਲੇ ਜਾਵਾਂਗੇ ਸਾਨੂੰ ਖਤਰਾ ਜੀ। ਉਹ ਕਹਿੰਦੇ ਕਿ ਨਾਲ ਨਹੀਂ ਅਸੀਂ ਜਾ ਸਕਦੇ, ਅਸੀਂ ਤੁਹਾਨੂੰ ਘਰ ਤੱਕ ਛੱਡੇ ਆਉਂਦੇ ਹਾਂ, ਅੱਗੇ ਮੁਲਾਜ਼ਮਾਂ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ। ਅਤੇ ਫਿਰ ਕਿਸ ਦਿਨ ਦੀ ਗੱਲ ਹੈ ਜੀ, ਕਿਹੜੀ ਖਤਰਾ ਲਿਖੀ? ਇਹ ਮੰਗਲਵਾਰ ਦੀ ਗੱਲ ਹੈ ਜੀ। ਸ਼ਰਾਬ ਨਸ਼ਾ ਵੇਚਦੇ ਆ, ਉਹਦੇ ਬੂਹੇ ਨਾ ਜਿਹੜਾ ਉਹ ਨਸ਼ਾ ਵੇਚਦਾ, ਗਲੀ ਦੇ ਵਿੱਚ ਸਰੇਆਮ ਵੇਚਦਾ ਵਾ। ਉਹ ਮਹੀਨਾ ਲੈਣ ਆਉਂਦੇ ਆ, ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ, ਅਤੇ ਉਹਨੂੰ ਕੋਈ ਵੀ ਕੰਪਲੇਂਟ ਹੋਵੇ ਤਾਂ ਬੁਣ ਫੜਨ ਨੂੰ ਆਉਂਦੇ ਹੀ ਨਹੀਂ ਆ। ਠੀਕ ਆ ਜੀ, ਜੇ ਅਸੀਂ ਕਹਿੰਦੇ ਵੀ ਹਾਂ ਤਾਂ ਉਹ ਆ ਵੀ ਜਾਂਦੇ ਨਾ, ਪਹਿਲਾਂ ਤਾਂ ਬੁਣ ਫੋਨ ਕਰ ਦਿੰਦੇ ਵੀ ਅਸੀਂ ਆਉਂਦੇ, ਤਾਂ ਆਪੇ ਭੱਜ ਭੁੱਜ ਕੇ ਦੇ ਕੇ ਆਸੇ ਪਾਸੇ ਚਲ ਜਾਂਦੇ ਜੀ। ਇਸ ਕਰਕੇ ਤਾਂ ਉਹਨਾਂ ਨੂੰ ਮੰਗ ਕੀ ਹੈ ਜੀ ਪ੍ਰਸ਼ਾਸਨ? ਹਾਂਜੀ, ਮੰਗ ਕੀ ਪ੍ਰਸ਼ਾਸਨ ਸਰਕਾਰ ਨੂੰ ਮੰਗ ਕੀ ਕਰਦੇ ਹੋ? ਅਸੀਂ ਸਰ ਇਹੋ ਕਹਿੰਦੇ ਹਾਂ ਵੀ ਸਾਡੇ 'ਤੇ ਇੱਦਾਂ ਹੁੰਦਾ ਰਿਹਾ, ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ, ਜਿੱਦਾਂ ਫੜ ਲਿਆ ਜੇ, ਅਸੀਂ ਸਰ ਬਾਹਰ ਧੱਕੇ ਖਾਂਦੇ ਰਹੇ, ਮਗਰੋਂ ਮੇਰੀਆਂ ਕੁੜੀਆਂ ਦਾ ਬੂਹਾ ਵੀ ਇਹਨਾਂ ਨੇ ਸਾਰੀ ਰਾਤ ਤੋੜਿਆ ਇਹਨਾਂ ਦੇ ਮੁੰਡਿਆਂ ਨੇ, ਉਹ ਵੀ ਨਿਸ਼ਾਨ ਮੇਰੇ ਕੋਲ ਫੋਟੋਆਂ ਖਿੱਚੀਆਂ ਨੇ। ਹਾਂਜੀ, ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ? ਸਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਜਿੱਦਾਂ ਸਾਡੇ 'ਤੇ ਹਮਲਾ ਕੀਤਾ ਗਿਆ, ਸਾਨੂੰ ਇਸ ਗੱਲ ਦਾ ਇਨਸਾਫ ਮਿਲੇ ਕਿ ਕੱਲ੍ਹ ਨੂੰ ਮੇਰੀਆਂ ਕੁੜੀਆਂ ਨੂੰ ਜਾਂ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਅਸੀਂ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਂਦੇ ਹਾਂ, ਆਉਂਦਿਆਂ ਜਾਂਦਿਆਂ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸਰਟੀਫਿਕੇਟ ਲਾਉਣਗੇ, ਘਰੇ ਬੂਹੇ ਤੋੜਨ ਤੱਕ ਆ ਗਏ, ਜੇ ਮੇਰੀਆਂ ਕੁੜੀਆਂ ਨੂੰ ਕੋਈ ਅਭੀ ਤੋਂ ਵੀ ਗੱਲ ਹੋਗੀ ਤਾਂ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ। ਠੀਕ ਜੀ। ਹਾਂਜੀ, ਮੇਰੇ ਮੰਮੀ ਦੇ ਹੱਥੀ ਪਏ ਸੀ ਸਾਰੇ, ਮੈਂ ਮੰਮੀ ਨੂੰ ਮੇਰੀ ਨੂੰ ਬਚਾਉਣ ਆਈ ਹਾਂ, ਮੇਰੇ ਮੰਮਾ ਨੀਚੇ ਡਿੱਗ ਗਏ ਅਤੇ ਮੁੜ ਕੇ ਮੇਰੇ ਹੱਥੀ ਪੈ ਗਏ, ਮੈਨੂੰ ਬਹੁਤ ਮਤਲਬ ਸੱਟਾਂ ਲਾਈਆਂ ਹੋਈਆਂ ਉਹਨਾਂ ਨੇ, ਢਿੱਡ 'ਚ ਲੱਤਾਂ ਮਾਰੀਆਂ ਵਗੈਰਾ ਵਾ, ਤੱਪੜ ਮਾਰੇ। ਕਿੰਨਾ ਨੇ ਮਾਰੇ ਗਏ? ਦੇਬੂ ਅਤੇ ਦੇਬੂ ਦੇ ਮੁੰਡੇ ਹਨੀ। ਅੱਛਾ, ਹਾਂਜੀ। ਤੁਸੀਂ ਮੰਮੀ ਨੂੰ ਬਚਾਉਣ ਗਏ ਸੀ ਕਿਹੜੇ ਹੱਥੀ ਪਏ? ਮੈਂ ਮੰਮੀ ਨੂੰ ਬਚਾਉਣ ਗਈ। ਅੱਛਾ, ਉਸ ਤੋਂ ਬਾਅਦ ਮੈਂ ਮੰਮੀ ਦੇ ਫਿਰ ਦੁਆਲੇ ਹੋ ਗਏ, ਉਹਨਾਂ ਦੇ ਸਿਰ ਸਿਰ ਫਾੜਿਆ ਹੈਗਾ ਮੰਮਾ ਦਾ ਇਹਨਾਂ ਦਾ, ਅਤੇ ਮੈਂ ਸਾਈਡ 'ਤੇ ਹੋ ਕੇ ਵੀਡੀਓ ਬਣਾਉਣ ਲੱਗੀ, ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਹੱਥੋਂ ਫੋਨ ਖੋ ਕੇ ਦੇਬੂ ਭੱਜ ਗਿਆ। ਅੱਛਾ ਜੀ, ਫਿਰ ਥਾਣੇ ਗਏ ਸੀ ਤੁਸੀਂ? ਹਾਂਜੀ, ਥਾਣੇ ਗਏ, ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲਾਂ ਹੋਈਆਂ। ਨਹੀਂ ਨਹੀਂ, ਕਦੋਂ ਸੱਟਾਂ ਲੱਗੀਆਂ ਫਿਰ ਥਾਣੇ ਗਏ? ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ? ਹਾਂਜੀ, ਜਦੋਂ ਅਸੀਂ ਥਾਣੇ ਗਏ ਉਹ ਸਾਡੇ ਪਿੱਛੇ ਆਏ ਆ, ਦਫ਼ਤਰ ਵਗੈਰਾ ਲੈ ਕੇ ਗੱਡੀ 'ਚ ਸਾਡਾ ਪਿੱਛਾ ਕੀਤਾ, ਫਿਰ ਅਸੀਂ ਲੁਕੇ ਵੀ ਹੈਗੇ ਹਾਂ, ਅਤੇ ਉਸ ਤੋਂ ਬਾਅਦ ਸਾਈਡ 'ਤੇ ਹੋਣ ਤੋਂ ਬਾਅਦ ਅਸੀਂ ਆਪਣਾ ਨਾ ਅਸੀਂ ਆਪਣਾ ਮੰਮੀ ਦਾ ਮੈਡੀਕਲ ਕਰਵਾ ਕੇ ਲਿਆ। ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ? ਪ੍ਰਸ਼ਾਸਨ ਨੂੰ ਮੈਂ ਇਹੀ ਕਹਿ ਰਹੀ ਹਾਂ, ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਠੀਕ ਹੈ ਜੀ। ਸਰ ਆਪਣਾ ਨਾਮ ਦੱਸ? ਮੇਰਾ ਨਾਮ ਸੁਰਿੰਦਰ ਕੁਮਾਰ ਭੱਟੀ ਹੈ ਜੀ, ਔਰ ਸਭ ਤੋਂ ਪਹਿਲੇ ਜੋ ਬੋਲੇ ਸੋਹਣ ਰਾਜਵੀਰ ਕੁਮਾਰ ਜੀ ਹੈ। ਸਾਡੇ ਤੋਂ ਇੱਕ ਮਸਲਾ ਆਇਆ ਜੀ ਕਿ ਆਪਣੇ ਮੈਡਮ ਜਿਹੜੇ ਬੋਲੇ ਆ, ਇੱਕ ਬੱਚੇ ਤੋਂ ਲੜਾਈ ਹੋਈ ਸੀ,
ਠੀਕ ਹੈ ਜੀ। ਥਾਣੇ ਦੇ ਵਿੱਚ ਜਿਹੜੀ ਇਹਨਾਂ ਨੇ ਇੱਥੇ ਰਿਪੋਰਟ ਵਗੈਰਾ ਦਿੱਤੀ ਹੈ। ਉਸ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਜਿਹੜੀ ਮੰਗ ਕਰਦੇ ਹਾਂ ਕਿ ਜਿਹੜੇ ਵੀ ਉਹ ਬੰਦੇ ਦੇ ਨਾਲ ਇਹਨਾਂ ਦਾ ਝਗੜਾ ਹੋਇਆ ਵਾ ਉਹ 'ਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਅਗਰ ਉਸ ਬੰਦੇ 'ਤੇ ਕਾਰਵਾਈ ਨਾ ਕੀਤੀ ਤਾਂ ਅਸੀਂ ਜਿਹੜਾ ਵਾ ਸੰਘਰਸ਼ ਜਿਹੜਾ ਉਹ ਤਿੱਖਾ ਕਰ ਦਾਂਗੇ ਅਤੇ ਅਸੀਂ ਚਾਹਵਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਹਾਂ ਅਗਰ ਉਸ 'ਤੇ ਕਾਰਵਾਈ ਨਾ ਕੀਤੀ ਗਈ। ਅਤੇ ਅਸੀਂ ਮੀਡੀਆ ਦਾ ਇਹ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਜਿਹੜੀ ਆ ਉਸ ਬੰਦੇ 'ਤੇ ਕਾਰਵਾਈ ਕੀਤੀ ਜਾਵੇ। ਠੀਕ ਹੈ ਬੇਟਾ। ਸਰ ਇੱਕ ਕੰਪਲੇਂਟ ਆ ਯੂਨੀ ਰਾਜਨੀਤਿਕ ਕੋਲ ਦੇ ਨਾਲ ਕੀ ਹਾਂਜੀ ਇੱਕ ਪਰਸੋਂ ਨਾਈਟ ਹੈ ਨਾ 23-24 ਦੀ ਦਰਮਿਆਨੀ ਰਾਤ ਇੱਕ ਲੇਡੀਜ਼ ਰਾਜਵਿੰਦਰ ਕੌਰ ਹੈ ਉਹਨੂੰ 12 ਨੰਬਰ ਗਲੀ ਦੀ ਹੈ ਰਾਤ ਇੰਜਰਡ ਹੋਈ ਸਾਡੇ ਪਾਸ ਪੁਲਿਸ ਸਟੇਸ਼ਨ ਕੰਪਲੇਂਟ ਕਰਨ ਆਈ ਸੀ ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਤੋਂ ਅਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਜਿਹੜਾ ਸੀ ਉਹ ਜਾਰੀ ਕਰਤਾ ਸੀ ਅਤੇ ਉਹਦੇ MLR ਹਾਲੇ ਤੱਕ ਸਾਡੇ ਕੋਲ ਰਸੀਵ ਨਹੀਂ ਹੋਈ ਜੋ ਵੀ ਉਹਦੇ ਅਕੋਰਡਿੰਗ ਕਾਰਵਾਈ ਜਿਹੜੀ ਬਣਦੀ ਉਹ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਅਤੇ ਹਾਲੇ MLR ਜਿਹੜੀ ਉਹ ਹਾਲੇ ਵਸੂਲ ਨਹੀਂ ਹੋਈ। ਵਸੂਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ? ਬਿਲਕੁਲ ਜੀ ਬਿਲਕੁਲ ਜੋ ਵੀ ਆ ਇਹ ਪੁਲਿਸ ਜਿਹੜੀ ਆ ਉਹ ਆਪਣਾ ਜੋ ਬਣਦਾ ਕਾਰਵਾਈ ਜ਼ਰੂਰ ਕਰੇਗੀ। ਸਰ ਕਿੰਨੇ ਬੰਦਿਆਂ ਦੇ ਖਿਲਾਫ ਉਹਨਾਂ ਨੇ ਤੁਸੀਂ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਮੌਕੇ 'ਤੇ ਜਾ ਕੇ ਦਰਿਆਫਤ ਸਾਰੀ ਕਰਕੇ ਅਸੀਂ ਜਿਹੜੀ ਆ ਜੋ ਵੀ ਸਟੇਟਮੈਂਟ ਰਿਕਾਰਡ ਕਰਾਉਂਗੇ ਉਹਦੇ ਅਕੋਰਡਿੰਗ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਲਿਖਾਉਣ ਨੂੰ ਲੋਕ ਕਾਫੀ ਲੋਕਾਂ ਦਾ ਨਾਂ ਲਿਖਾਉਣ ਦਿੰਦੇ ਨੇ ਉਹ ਤੋਂ ਬਾਅਦ ਇਨਵੈਸਟੀਗੇਸ਼ਨ ਕਰੀਦਾ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ ਹੁਣ ਛੋਟੇ ਬੱਚੇ ਤੋਂ ਉੱਥੇ ਝਗੜਾ ਹੋਇਆ ਉਹ ਤੋਂ ਬਾਅਦ ਅਸੀਂ ਮੌਕੇ 'ਤੇ ਗਏ ਸੀ ਅਤੇ ਹੁਣ ਫਰਦਰ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਜੋ ਸਾਹਮਣੇ ਤੱਤ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਜੋ ਸੱਚਾਈ ਸਾਹਮਣੇ ਲੈ ਕੇ ਆਵਾਂਗੇ ਔਰ ਜੋ ਬਣਦੀ ਕਾਰਵਾਈ ਕੀਤੀ ਜਾਏ। ਠੀਕ ਹੈ।